ਜੈ ਹਿੰਦ ਬੇਟਾ ਜੈ ਹਿੰਦ। ਮੈਂ ਤੈਨੂੰ ਪਹਿਲਾਂ ਕਿਹਾ ਸੀ ਕਿ ਟੁੰਡ ਟੁੱਟਿਆ ਹੋਇਆ ਤੇਰਾ। ਹਾਈ ਸਰ ਮੈਂ ਨਾਲ ਹੀ ਕਰ ਦਿੱਤੀ ਆ। ਨਾਲ ਨਹੀਂ ਨਾ ਕੀਤੀ, ਤੂੰ ਪਹਿਲੇ ਜੈ ਹਿੰਦ ਬਾਅਦ ਚ ਪੌਜ਼ ਲੈ ਕੇ ਆਇਆ ਕੀਤਾ। ਸਰ ਫਿਰ ਇੰਜੋਏ ਵੀ ਤਾਂ ਜ਼ਰੂਰੀ। ਮਾਰੀਓ ਗੇਮ ਚ ਨਾ ਤੇਰੇ ਵਰਗੀ ਗੋਭੀ ਨਿਕਲਦੀ ਏ ਸਿਰ ਮਾਰਦਾ ਜਦੋਂ। ਸਮਝ ਆਈ ਤੈਨੂੰ? ਤੇ ਸਰ ਕੰਮ ਤੇ ਹੁੰਦੀ ਨਾ, ਕਿਸੇ ਵੱਡਾ ਤਾਂ ਹੁੰਦਾ ਨਾ ਖਾ ਕੇ। ਲਓ ਜੀ ਗੋਭੀ ਖਾ ਕੇ। ਬਟ ਤੂੰ ਨਹੀਂ ਵੱਡੀ ਹੋ ਗਈ ਗੋਭੀ ਖਾ ਕੇ? ਜਿਹਨੂੰ ਖਵਾਓ ਸਰ ਉਹ ਮਾਰੀਓ ਮਰ ਜਾਣਾ। ਹਾਂ ਗੱਲ ਠੀਕ ਆ ਵੈਸੇ, ਉਹ ਲੱਗਦਾ ਵੈਸੇ ਮਾਰੀਓ ਵਾਲਾ। ਹਾਂਜੀ ਸਰ। ਇਹ ਜੰਪ ਮਾਰਦਾ ਨਾ ਜਦੋਂ ਝੰਡੇ ਨਾਲ ਉਤਰਦਾ, ਵਾਕਈ ਉਹ ਜੋਣਾ ਹੀ ਲੱਗਦਾ ਉਸ ਵੇਲੇ। ਐ ਲੱਗਦਾ ਜੋਣੇ ਨੇ ਵਿਕਟਰੀ ਹਾਸਲ ਕੀਤੀ, ਕੋਈ ਚੰਗਾ ਕੰਮ ਕੀਤਾ ਦੁਨੀਆ ਦਾ। ਹਾਂਜੀ ਸਰ। ਉਹਨੇ ਤੇ ਕਰ ਲੈਣਾ, ਤੂੰ ਕਦੋਂ ਕਰਨਾ? ਸਰ ਮੈਂ ਨਾ ਬਿੱਲੀਆਂ ਫੜਨ ਗਈ ਸੀ ਤੇ ਹੋਇਆ ਕੀ ਸੋਹਣਿਆ। ਆ ਕੀ ਹੋਇਆ? ਬਿੱਲੀਆਂ ਫੜਨ ਗਈ ਸੀ ਤੇ ਬਿੱਲੀਆਂ। ਇਹ ਪੁੱਤਰ ਇਹ ਜ਼ਰੂਰੀ ਨਹੀਂ ਹੁੰਦਾ ਨਾਲ ਕਰਕੇ ਦੱਸਣਾ। ਹਾਏ ਸਰ ਜ਼ਰੂਰੀ ਹੈ ਨਾ? ਨਹੀਂ ਜ਼ਰੂਰੀ, ਤੇਰਾ ਮੂੰਹ ਵੀ ਬਿੱਲੀ ਵਰਗਾ, ਪਤਾ ਲੱਗਦਾ ਆ ਕਿ ਬਿੱਲੀ ਵਾਲੀ। ਉਤੋਂ ਸ਼ਬਦ ਵੀ ਬੋਲਿਆ, ਕਲੀਅਰ ਆ ਗੱਲ? ਫਿਰ ਰਹਿਣ ਦਿੰਦੀ ਆ ਸਰ। ਉਤੋਂ ਖਾਉ ਖਾਉ ਕਰ ਲੱਗੀ ਬਿੱਲੀਆਂ ਬਲਾਰੀ, ਆਹਾ ਅੱਖਾਂ ਵੇਖ ਕੇ ਹੋ ਅੱਖਾਂ ਵੇਖ ਕੇ ਵੇਖ ਕੇ ਹਾਏ ਹੋ ਬਿੱਲੀਆਂ ਬਿੱਲੀਆਂ। ਇਹ ਕਰਨ ਕੀ ਡਈ ਹੈ ਤੂੰ? ਇਹ ਚੰਗਾ ਭਲਾ ਬੀਟ ਸੌਂਗ ਹੈ, ਇਹਨੂੰ ਕਿੱਧਰ ਲੈ ਗਈ ਹੈ ਤੂੰ? ਹਾਏ ਸਰ ਫਿਰ ਮੇਰਾ ਇਹ ਬਿੱਲੀਆਂ ਐਡੀ ਦੂਰ ਕਿੱਥੇ ਛੱਡ ਆਈ ਹੈ? ਹਾਏ ਸਰ ਬਿੱਲੀਆਂ ਇਹ ਤਾਂ ਸਿੱਧਾ ਸਿੱਧਾ ਖਾਣਾ। ਹਾਂਜੀ ਸਰ। ਕਿ ਬਿੱਲੀਆਂ ਬਲੋਰੀ ਜਿੱਦਾਂ ਹੀ ਬਿੱਲੀਆਂ ਫਿੱਟੇ ਮੂੰਹ ਉਹ ਫੇਰ ਬਿੱਲੀਆਂ ਲੋ ਲੰਬੀਆਂ ਬਿੱਲੀਆਂ ਨਹੀਂ, ਬਿੱਲੀਆਂ ਛੋਟੀਆਂ ਕਰ। ਬਿੱਲੀਆਂ 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 ਕਿੱਦਾਂ ਹੀ ਗਾਣਾ ਸਰ? ਇਦਾਂ ਸੀ। ਨਹੀਂ ਬੇਟਾ ਗਾਣਾ ਸ਼ੁਰੂ ਤੋਂ ਕਿਸੇ ਹੋਰ ਤਰ੍ਹਾਂ ਸੀ। ਮੈਂ ਦੱਸਦੀ ਸਰ। ਬਿੱਲੀਆਂ ਓ ਪੁੱਤਰ ਫੇਰ ਤੇਰੀਆਂ ਬਿੱਲੀਆਂ ਲੰਬੀਆਂ, ਤੂੰ ਆਪਣੀਆਂ ਬਿੱਲੀਆਂ ਨੂੰ ਨਾ ਘਰ ਬਿਠਾ ਕੇ ਪਹਿਲੇ। ਓ ਜਨਾਬ ਓ ਸਰ ਕੁੱਤੇ ਸਰ ਬਿੱਲੀਆਂ ਦੀ ਜਗ੍ਹਾ ਪੁੱਤਰ ਇੱਕ ਇੱਕ ਪਾਸੇ ਮੁੱਕ ਲੈਂਦੇ। ਓ ਬਿੱਲੇ ਓ ਓ ਨਾ ਕਰ। ਓ ਜਨਾਬ ਬਿੱਲੇ ਮੈਂ ਕੁਲਵਿੰਦਰ ਬਿੱਲੇ ਕੋਲ ਚਪੇੜਾ ਮਰਵਾਣੀਆਂ ਤੇਰੇ। ਚੁੱਪ ਰਹਿ ਸਰ, ਆਪਾਂ ਐਡਾ ਕਰਦੇ ਹਾਂ। ਲੱਗ ਗਿਆ ਪਤਾ ਮੈਨੂੰ ਪਹੁੰਚ ਕੀ ਗੱਲ? ਹਾਂ ਆਪਾਂ ਬਿੱਲੀ ਦੀ ਜਗ੍ਹਾ ਕੁੱਤੇ ਪਾਲਨੇ। ਨਹੀਂ ਕੁੱਤੇ ਤਾਂ ਤੈਨੂੰ ਅੱਗੇ ਪੈਂਦੇ ਆ, ਉਹੀ ਤਾਂ ਤੂੰ ਪਾਨੀ ਆ ਸਾਰਿਆਂ ਨੂੰ। ਮੈਨੂੰ ਨਹੀਂ ਪੈਂਦੇ ਸਰ, ਜਿਉਣੇ ਨੂੰ ਪੈਂਦੇ। ਉਹ ਬੇਵਕੂਫੇ ਪਹਿਲੀ ਗੱਲ ਤਾਂ ਬਿੱਲੀਆਂ ਹੈ ਹੀ ਨਹੀਂ। ਬਿੱਲੀਆਂ ਨਹੀਂ ਹੈਗੀਆਂ ਸਰ? ਨਹੀਂ ਉਹ ਇਦਾਂ ਨੀਲੀਆਂ ਨਸ਼ੀਲੀਆਂ ਬਲੌਰੀ ਅੱਖਾਂ ਵੇਖ ਕੇ। ਅੱਛਾ ਜੀ। ਬਿੱਲੀ ਵਰਗਾ ਤੇਰਾ ਮੂੰਹ ਹੋਣਾ, ਤੂੰ ਤਾਪ ਵਾਲੀ ਹੋਣੀ ਵਿੱਚ। ਹਾਂਜੀ। ਓਏ ਨੀਲੀਆਂ ਨਸ਼ੀਲੀਆਂ ਬਲੌਰੀ ਅੱਖਾਂ ਵੇਖ ਕੇ ਨਸ਼ਾ ਜਬ ਜਿਹਾ ਚੜ ਗਿਆ ਨੀ, ਦਿਲ ਦਾ ਪਤਾ ਨੀ ਤੇਰਾ, ਦਿਲ ਦਾ ਪਤਾ ਨੀ, ਦਿਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ, ਮੈਂ ਤਾਂ ਮੁਖੜਾ ਵੇਖ ਕੇ ਡਰ ਗਿਆ ਨੀ, ਦਿਲ ਦਾ ਪਤਾ ਹੈ ਮੈਨੂੰ ਤੇਰਾ ਕਿੱਦਾਂ ਦਾ ਹੋਣਾ, ਮੈਂ ਤਾਂ ਬੂਥੀ ਦੇਖ ਕੇ ਮਰ ਗਿਆ ਨੀ। ਇਹ ਸੀ ਮੇਰੀ ਹੁਣ ਮੈਂ 8ਵੇਂ ਸਕੇਲ ਤੇ ਗਾਇਆ ਪੁੱਤਰ। ਸਿਰ ਡਰ ਗਿਆ ਹੁੰਦਾ ਹੈ ਮੇਰੇ ਖਿਆਲ ਨਾਲ। ਉਹ ਤੂੰ ਡਰਨ ਵਾਲੀ ਸ਼ੈ ਹੈ ਪਹਿਲੇ ਦੱਸ। ਹਾਂਜੀ ਡਰਾਉਣ ਵਾਲੀ ਸ਼ੈ ਹੈ ਸਿਰ? ਵੈਸੇ ਅਟਰੈਕਸ਼ਨ ਤਾਂ ਹੈਗੀ ਨਾ, ਮਤਲਬ ਲੋਕ ਬਹੁਤ ਖੁਸ਼ ਹੁੰਦੇ ਨੇ ਦੇਖ ਕੇ। ਬਹੁਤ ਹਾਈ ਸਰ ਬੱਚੇ ਦੇਖ ਕੇ ਪਤਾ ਤੇਰੇ ਵਰਗੇ ਨਾ ਕਿੱਲ ਹੁੰਦੇ ਆ ਉਹ ਮੁੰਡੇ ਜਾਂਦੇ ਹੁੰਦੇ ਛੋਟੇ ਛੋਟੇ, ਉਹਨਾਂ ਨੇ ਨਾ ਇੱਕ ਡਾਂਗ ਦੇ ਵਿੱਚ ਉਹ ਪਾਇਆ ਹੁੰਦਾ ਮੈਗਨੇਟ, ਉਹ ਐ ਤੁਰਦੇ ਤੁਰਦੇ ਜਾਂਦੇ, ਤੇਰੇ ਵਰਗੇ ਕਿੱਲ ਨਾਲ ਦੀ ਨਾਲ ਹੀ ਉਹਦੇ ਚੁੰਬਕ ਨਾਲ ਚਿੰਬੜ ਜਾਂਦੇ ਹੁੰਦੇ। ਸਿਰ ਕਿੱਲ ਵਾਲੀ ਗੱਲ ਤਾਂ ਸਹੀ ਹੈਗੀ ਤੁਹਾਡੀ, ਮੰਨਦੀ ਹੈ ਨਾ? ਮੈਂ ਸਿਰ ਜਦੋਂ ਲੰਘਦੀ ਹੁੰਦੀ ਨਾ ਗਲੀ 'ਚ, ਬੱਚੇ ਵੀ ਕਹਿੰਦੇ ਹੁੰਦੇ ਬੜੀ ਕਿੱਲ ਆ, ਬੜੀ ਕਿੱਲ, ਓਏ ਕਹਿੰਦੇ ਕੁੜੀ ਕਿੱਲ ਕਰਦੀ। ਲੱਕੜ ਬਣਵਾ ਲੈਣਾ ਬਾਹਰ ਆ ਗਈ ਸਰ? ਨਹੀਂ ਬਣ। ਇਹੋ ਜਿਹੀਆਂ ਕਰਤੂਤਾਂ ਕਰਦੇ ਹੁੰਦੇ ਸੀ ਤੁਹਾਡੇ ਸਕੂਲ ਦੇ ਵਿੱਚ? ਕਿਹੜੇ ਸਕੂਲ 'ਚ ਪੜ੍ਹਦੀ ਰਹੀ ਹੈ ਤੂੰ? ਸਰ ਮੈਂ ਉਹੀ ਉਹੀ ਸਕੂਲ। ਹਾਂਜੀ ਸਰ। ਉੱਥੇ ਤਾਂ ਅੱਗੇ ਬੜਾ ਬੁਰਾ ਹਾਲ ਆ, ਉਹੀ ਸਕੂਲ, ਉਹੀ ਪਬਲਿਕ ਸਕੂਲ। ਹਾਂਜੀ ਹਾਂਜੀ ਸਰ। ਉਹੀ ਪਬਲਿਕ ਸਕੂਲ ਦੇ ਵਿੱਚ ਕਦੇ ਨਹੀਂ ਪੜ੍ਹਨਾ ਪੁੱਤਰ? ਨਹੀਂ ਸਰ ਉਹ ਦੂਸਰਾ ਸੀ, ਉਹੀ ਸੀਨੀਅਰ ਸੈਕੰਡਰੀ ਸਕੂਲ। ਉਹ ਸੀ ਸੀਨੀਅਰ ਸੈਕੰਡਰੀ ਸਕੂਲ। ਹਾਂਜੀ ਸਰ। ਅੱਛਾ ਅੱਛਾ ਅੱਛਾ। ਮੈਂ ਉਹਦੇ 'ਚ ਪੜ੍ਹਿਆ। ਅੱਛਾ ਸਰ, ਲੱਗੇ ਹੁੰਦਾ ਸੀ ਪਬਲਿਕ ਸਕੂਲ? ਹੁੰਦਾ ਸੀ ਸਰ। ਹਜੇ ਵੀ ਹੈਗਾ ਪਰ ਉਦਾਂ ਹੁੰਦਾ ਵੀ ਸੀ ਪਬਲਿਕ ਸਕੂਲ। ਅੱਛਾ ਸਰ, ਉਹਦਾ ਨਾਮ ਹੈ ਹੁੰਦਾ ਸੀ? ਹਾਂ ਹੁੰਦਾ ਸੀ ਪਬਲਿਕ ਸਕੂਲ। ਤੇ ਸਰ ਉਹ ਪਹਿਲਾਂ ਵੀ ਹੁੰਦਾ ਸੀ ਹੁਣ ਵੀ ਹੈਗਾ? ਜਿੱਦਾਂ ਤੂੰ ਉਹਦੇ 'ਚ ਪੜ੍ਹੀ ਹੈ ਨਾ, ਕਿਤੇ ਦੱਸਿਆ ਤੂੰ? ਮੈਂ ਸਰ ਉਹੀ ਪਬਲਿਕ ਸਕੂਲ। ਉਹੀ ਪਬਲਿਕ ਸਕੂਲ, ਉਹੀ ਪਬਲਿਕ ਸਕੂਲ ਦੇ ਵਿੱਚ ਹਮੇਸ਼ਾ ਪੜ੍ਹਨਾ। ਅੱਛਾ ਉਹੀ ਪਬਲਿਕ ਸਕੂਲ ਦੇ ਵਿੱਚ ਨਹੀਂ ਪੜ੍ਹਨਾ ਪੁੱਤਰ, ਉੱਥੇ ਰਿਕੁਆਇਰਮੈਂਟ ਬੜੀ ਜਲਦੀ ਆਉਂਦੀ। ਸਰ ਨਹੀਂ ਮੇਰੀ ਨਹੀਂ ਆਈ ਤੱਕ। ਤੇਰੀ ਨਹੀਂ ਆਈ ਰਿਕੁਆਇਰਮੈਂਟ? ਸਾਡੇ ਟੀਚਰਸ ਕਿਤਾਬਾਂ ਰੱਖ ਦਿੰਦੇ ਹੁੰਦੇ ਸੀ, ਕਹਿੰਦੇ ਜਿੰਨੀ ਮਰਜ਼ੀ ਨਕਲ ਮਾਰੋ। ਬਸ ਇਹ ਉਹੀ ਸਕੂਲ ਦਾ ਫਿਰ ਹਾਲ ਆ ਨਾ, ਜੇ ਇਹੀ ਸਕੂਲ 'ਚ ਪੜ੍ਹੀ ਹੁੰਦੀ ਤਾਂ ਤੈਨੂੰ ਉਹੀ ਜਿਹੀ ਪ੍ਰੋਬਲਮ ਵੀ ਨਹੀਂ ਆਉਣੀ। ਤੁਹਾਨੂੰ ਨਹੀਂ ਪਤਾ ਸਰ, ਮੈਂ ਹਿਸਟਰੀ ਦੇ ਪੇਪਰਾਂ 'ਚ ਬੋਲੀਆਂ ਲੈ ਕੇ ਆ ਗਈ ਸੀ,
ਸੌ ਦੇ ਸੌ ਨੰਬਰ ਆਏ ਸੀ। ਵਾਹ ਵਾਹ ਵਾਹ, ਤੂੰ ਕੀ ਉੱਥੇ ਕੀ ਲਿਖਾ ਈ, ਬਾਬਰ ਆ ਗਿਆ ਨੀ, ਬਾਬਰ ਪੈ ਗਿਆ ਨੀ, ਬਾਬਰ ਲੈ ਗਿਆ, ਕੀ ਗਾਇਆ ਤੂੰ ਉੱਥੇ? ਭਾਈ ਜੀ ਬੋਲੀਆਂ ਜਿੱਦਾਂ ਲਿਖ ਦਿੱਤੀਆਂ ਹੈ, ਬੋਲੀਆਂ ਲਿਖ ਦਿੱਤੀਆਂ ਉੱਥੇ। ਕੀ ਬੋਲੀ ਲਿਖੀ ਦੱਸੀ ਇੱਕ ਅੱਧੀ ਜਰਾ, ਜਦੋਂ ਉਹਨਾਂ ਨੇ ਪੁੱਛਿਆ ਕਿ ਪਲਾਸੀ ਦੀ ਲੜਾਈ ਕਦੋਂ ਹੋਈ ਤਾਂ ਤੂੰ ਕੀ ਲਿਖਿਆ? ਬਾਰੀ ਬਰਸੀ ਕੱਢਣ ਗਈ ਸੀ, ਬਾਰੀ ਬਰਸੀ ਕੱਢਣ ਗਈ ਸੀ, ਖੱਟ ਕੇ ਲਿਆਂਦੀ ਰੋਈ, ਮੈਨੂੰ ਕੀ ਪਤਾ ਕਦੋਂ ਹੋਈ। ਲਓ ਜੀ ਬੇਟਾ, ਤੈਨੂੰ ਇਹ ਲਿਖਣਾ ਚਾਹੀਦਾ ਸੀ ਤੇ ਬਾਰੀ ਬਰਸੀ ਖੱਟਣ ਗਿਆ ਸੀ, ਹਾਂਜੀ ਸਰ, ਖੱਟ ਕੇ ਲਿਆਂਦੀ ਚੰਗਾਠ, ਪਲਾਸੀ ਦੀ ਲੜਾਈ ਹੋਈ ਸੀ 1961। ਹਾਂਜੀ ਇਦਾਂ ਕਰੀ, ਤੁਹਾਨੂੰ ਪਤਾ ਨਹੀਂ ਨਾ ਪੁੱਤਰ, ਮੈਂ ਤੁਹਾਡੇ ਸਕੂਲ ਦਾ ਟੀਚਰ ਹੁੰਦਾ ਨਾ ਤੇ ਮੈਨੂੰ ਕੱਢ ਦੇਣਾ ਸੀ ਉਹਨਾਂ ਨੇ, ਤੇ ਮੈਂ ਬਾਹਰ ਮਰੂਦ ਲਾਣੇ ਸੀ, ਕਿਉਂਕਿ ਮਰੂਦਾਂ ਦਾ ਬਿਜ਼ਨਸ ਜ਼ਿਆਦਾ ਵਧੀਆ। ਆਈ ਥਿੰਕ ਸੋ। ਮੁੰਡਾ ਤੇਰੇ ਉੱਤੇ ਮਰੇ ਪੈਰ ਤੇਰੇ ਸੀ, ਗਲਾ ਖਰਾਬ ਹੈ, ਫੇਰ ਦਿੰਦੇ ਆ ਕੁਛ ਲਿਆਓ। ਮੁੰਡਾ ਤੇਰੇ ਉੱਤੇ ਮਰੇ ਪੈਰ ਰੇ ਸੀ ਉੱਤੇ ਤਰੇ, ਮੁੰਡਾ ਪਹਿਲੇ ਇਲਾਜ ਕਰੇ, ਇਲਾਜ ਕਰਾਏ ਤੇ ਦੇਖੇ ਕੋ ਗੋਲੀ ਲਵੇ ਕੋ ਸਿਰਪ ਲਵੇ, ਉਹਨੂੰ ਕੁਛ ਫਰਕ ਪਵੇ। ਉਹ ਵਾਤਾਵਰਨ ਬਦਲ ਰਿਹਾ ਨਾ ਜੀ। ਵਾਹ ਵਾਹ ਵਾਹ, ਤੂੰ ਕਦੋਂ ਬਦਲਣਾ? ਚੱਲ ਦੁਬਾਰਾ ਗਾਲਾ ਕਰ ਲੈ ਸ਼ੌਕ, ਤੂੰ ਯਾਦ ਕਰਕੇ ਫਿਰ ਸਾਨੂੰ ਕੋਸੇਗਾ ਕਿ ਮੈਂ ਲੈਣ ਇੱਕੀ ਆ, ਗੁੱਸੇ ਨਾ ਹੋਇਓ। ਹਸਣਾ, ਮੁੰਡਾ ਤੇਰੇ ਉੱਤੇ ਮਰੇ ਪੈਰ ਰੇ ਸੀ ਉੱਤੇ ਧਰੇ, ਪੈਰ ਆਪਣੇ ਆ ਕਿ ਕਿਸੇ ਹੋਰ ਦਾ ਗਿਆ ਕਿ? ਉਹ ਬੇਟਾ ਨਹੀਂ, ਉਹਨੇ ਪੈਰ ਉਹਨੇ ਜਿਹੜਾ ਬੰਦਾ ਚਲਾ ਰਿਹਾ ਉਹਦੇ ਬਾਰੇ ਤਾਂ ਗੱਲ ਹੀ ਨਹੀਂ ਕਰ ਰਿਹਾ। ਅੱਛਾ ਜੀ, ਰੇ ਪੈਰ ਰੇਸ ਉੱਤੇ ਧਰੇ, ਇਹ ਰੇਸ ਹੈ, ਰੇਸ ਨਹੀਂ ਹੁੰਦੀ ਐਡਾ ਜਿਹਾ ਜਿੱਥੇ ਰੱਖਣਾ ਹੁੰਦਾ, ਬਸ ਇਹ ਰੇਸ ਹੈ, ਅੱਗੇ ਪੈਰ ਰੇਸ ਉੱਤੇ ਇਹਦੇ ਧੌਣ ਤੇ ਰੱਖਿਆ ਹੋਣਾ ਨਾ। ਪੂਰੀ ਲਾਈਨ ਤੇ ਸੁਣ ਲਓ, ਜਿਹਦੇ ਤੇ ਧਰਨਾ, ਹਾਂ, ਮੁੰਡਾ ਤੇਰੇ ਉੱਤੇ ਮਰੇ ਪੈਰ ਰੇ ਉੱਤੇ ਤੇਰੇ ਉੱਤੇ ਧਰੇ ਨਾ ਕਹਿ ਦੀ ਤੂੰ, ਪਲੀਜ਼ ਜਲਦੀ ਕਰ, ਮੁੰਡਾ ਤੇਰੇ ਉੱਤੇ ਧਰੇ, ਤਿੰਨ ਚਾਰ ਧਰ ਵੀ ਦੇ, ਧਰ ਵੀ ਦੇ ਜੀ, ਮਰ ਜਾਣੇ ਮੂੰਹ ਦੇਖ ਆਪਣਾ ਜਿਹਦਾ ਖਰਬੂਜਾ ਪਾਟਾ ਹੁੰਦਾ। ਲਓ ਜੀ, ਤੂੰ ਪਾਟਾ ਖਰਬੂਜਾ ਕਰਨਾ ਕੀ, ਸਿਰ ਵਿੱਚੋਂ ਖਾ ਲਓ ਬਾਕੀ ਸੁੱਟ ਦੋ, ਵਿੱਚੋਂ ਦੀ ਖਾ ਲਓ ਬਾਕੀ ਸੁੱਟ ਦੋ, ਤੇ ਫਿਰ ਕੰਮ ਤੇ ਆਏ ਨਾ, ਇਹਦਾ ਮਤਲਬ ਇਹ ਕੰਮ ਆਉਣ ਵਾਲਾ ਬੰਦਾ ਆਪਣਾ, ਦੇਖ ਜਿਵੇਂ ਪਿੰਡੀ ਚ ਕੀੜਾ ਲੱਗਾ ਹੁੰਦਾ ਜੀ। ਸਿਰ ਵਿੱਚ ਮੈਂ ਇੱਕ ਗੱਲ ਨੋਟ ਕੀਤੀ, ਤੁਸੀਂ ਕਿਹੜਾ ਖੇਤ ਦੇਖ ਲਿਆ ਓਏ, ਹੁੰਦਾ ਜੀ ਪਿੰਡੀ ਚ ਕੀੜਾ, ਆ ਸੱਚੇ ਮੰਡੀ ਚ ਜਿਹੜੀ ਐਂਡ ਤੇ ਵੱਜ ਜਾਂਦੀ ਉਹ ਇਹੀ ਲੈ ਕੇ ਜਾਂਦਾ ਨਾ, ਫਿਰ ਇਹਨਾਂ ਨੂੰ ਕੀੜੇ ਛੇਤੀ ਦਿਖ ਜਾਂਦੇ। ਸਿਰ ਵਿੱਚ ਇੱਕ ਗੱਲ ਨੋਟ ਕੀਤੀ, ਬਾਕੀ ਜਿੱਥੇ ਜਿੱਥੇ ਕੀੜਾ ਹੁੰਦਾ ਉਹਨਾਂ ਕੋ ਕੱਢ ਲੈਂਦੇ ਬਾਕੀ ਬਣਾ ਲੈਂਦੇ, ਬਾਕੀ ਤਾਂ ਵੈਜੀ ਉਹ ਜਿਹੜੇ ਦਾਣੇ ਤੇ ਚਿੱਟੇ ਤੇ ਬੈਠਾ ਹੁੰਦਾ ਨਾ, ਹਾਂਜੀ ਸਰ, ਉਹ ਵੀ ਬਣਾ ਲੈਂਦੇ ਵਿੱਚ, ਉਹਨੂੰ ਅਲੱਗ ਤੋਂ ਪਾਉਂਦੇ ਆ। ਉਹ ਇੱਕ ਮਿੰਟ, ਸੁਖਦੇਵ ਜੀ ਕਾਫੀ ਦੇਰ ਤੋਂ ਕਾਲ ਕਰ ਰਹੇ, ਉਹਨਾਂ ਨਾਲ ਗੱਲ ਕਰ ਲਈ। ਹੈਲੋ, ਸਤਿ ਸ਼੍ਰੀ ਅਕਾਲ ਪਾਲੀ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਸੁਖਦੇਵ ਜੀ? ਪਾਲੀ ਮਹਾਰਾਜ ਬੜੀ ਸਲੋ ਆਵਾਜ਼ ਹੈ, ਕੀ ਹੋਇਆ? ਮੈਂ ਡਰ ਗਿਆ, ਮੈਂ ਆਪਣਾ ਲਾਵੀ ਮੇਰੀ ਸਿੱਟ ਲਾ ਕੇ ਇਹ ਬਿੱਲੀਆਂ ਦੀ ਆਵਾਜ਼ਾਂ ਕੱਢਣ ਲੱਗ ਪਈ ਜੀ। ਲੈ ਲੈ, ਤੁਹਾਨੂੰ ਪਤਾ ਹੀ ਨਹੀਂ ਇਹਨੂੰ ਕਿਹਦੀਆਂ ਕਿਹਦੀਆਂ ਆਵਾਜ਼ਾਂ ਆਉਂਦੀਆਂ। ਇਹ 8 ਸਾਲ ਜੰਗਲ 'ਚ ਵੀ ਰਹੀ ਹੈ ਨਾ, 8 ਸਾਲ ਜੰਗਲ 'ਚ ਵੀ ਰਹੀ ਆਦੀਵਾਸੀ ਟ੍ਰਾਈਬ ਨਾਲ। ਬੜੀ ਸੋਹਣੀ ਇਹਦੀ ਬਿੱਲੀ ਵਾਂਗ ਮਿਆਉ, ਹਾਂ ਕੁੱਤੇ ਦੀ ਆਵਾਜ਼ ਬੜੀ ਸੋਹਣੀ ਕਰਦੀ ਹੈ, ਹਾਂ 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 ਕਿਹੜਾ ਗਾਣਾ ਛੇੜ ਪਾਈ, ਮੈਂ ਸੁਣਾਉਣਾ। ਦਿਲ ਕੇ ਅਰਮਾਸੂਓਂ ਮੇਂ ਬਹਿ ਗਏ, ਦਿਲ ਕੇ ਅਰਮਾਸੂਓਂ ਮੇਂ ਬਹਿ ਗਏ, ਹਮ ਵੀ ਤਨਹਾ ਰਹਿ ਗਏ ਉਹ ਕਹਿ ਗਏ, ਦਿਲ ਕੇ ਅਰਮਾਸੂਓਂ ਮੇਂ ਬਹਿ ਗਏ, ਹਮ ਵਫਾ ਕਰਕੇ ਵੀ ਤਨਹਾ ਰਹਿ ਗਏ, ਦਿਲ ਕੇ ਅਰਮਾ ਆਸੂਆਂ ਮੇਂ ਬਹਿ ਗਏ। ਸੁਖਦੇਵ ਜੀ ਪਹਿਲਾਂ ਮੈਨੂੰ ਲਵ ਯੂ ਕਹਿੰਦੇ ਹੁੰਦੇ ਸੀ, ਹੁਣ ਮੈਨੂੰ ਆਪੇ ਭੈਣ ਜੀ ਕਹਿ ਗਏ, ਦਿਲ ਕੇ ਅਰਮਾ ਆਸੂਆਂ ਬਹਿ ਗਏ। ਇਹਨੇ ਹਮੇਸ਼ਾ ਗੰਦੀ ਕਰਤੂਤਾਂ ਕਰਦੇ ਰਹਿਣਾ, ਇਹਨੇ ਕਦੀ ਸੁਧਰਨਾ ਨੀ, ਇਹਦੇ ਬਜ਼ੁਰਗ ਕਹਿ ਗਏ ਦਿਲ ਕੇ ਅਰਮਾਨੀ ਭੈਣ ਸਕੀ ਬਣ ਗਈ। ਆਹਾ ਕਿਆ ਬਾਤ, ਰੋਕੀ ਜਾ, ਆਹੋ ਕਰਿਆ ਕਰੋ, ਐਵੇਂ ਹਾਸਾ ਨਾ ਪਾਇਆ ਕਰੋ। ਲਓ ਜੀ ਚੱਡਾ ਸਾਹਿਬ ਵੀ ਆ ਗਏ, ਜੱਟ ਮਾਲਿਕ
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਚੱਡਾ ਸਾਹਿਬ, ਕੀ ਹਾਲ ਚਾਲ ਯਾਰੇ ਬਾਦਸ਼ਾਹ? ਠੀਕ ਹੋ ਬਾਦਸ਼ਾਹ? ਜਦੋਂ ਕਹਿ ਦਿੱਤਾ ਨਾ ਇੱਕ ਦਫਾ ਮੈਂ ਦਿਲ ਤੇ ਦਰਵਾਜ਼ਾ ਲਵਾਇਆ, ਮੈਂ ਕਾਰੀਗਰ ਨੂੰ ਕਿਹਾ ਮੇਰੇ ਦਿਲ ਤੇ ਦਰਵਾਜ਼ਾ ਲਾ ਦੇ, ਉਹਨੇ ਤਾਂ ਕੁੰਡਾ ਹੀ ਕੋਈ ਨਹੀਂ ਲਾਇਆ। ਮੈਂ ਕਿਹਾ ਗੱਲ ਕੀ ਯਾਰ, ਤੂੰ ਬਾਹਰ ਕੋਈ ਕੁੰਡਾ ਨਹੀਂ ਲਾਇਆ ਖੋਲਣ ਵਾਸਤੇ? ਕਹਿੰਦਾ ਜਿਹੜਾ ਦਿਲ ਦਾ ਦਰਵਾਜ਼ਾ ਹਮੇਸ਼ਾ ਅੰਦਰੋਂ ਖੁੱਲਦਾ, ਬਾਹਰੋਂ ਕਦੇ ਨਹੀਂ ਖੁੱਲਦਾ ਹੈਗਾ। ਹਾਂ ਹਾਂ, ਜਦੋਂ ਅੰਦਰ ਪਿਆਰ ਜਾਗੇ ਤਾਂ ਇਹ ਦਰਵਾਜ਼ਾ ਖੁੱਲਦਾ। ਕੀ ਬਾਤ ਹੈ! ਅੱਛਾ ਮੈਨੂੰ ਇਹ ਦੱਸੋ ਕਿ ਉਹਨੇ ਮਿਸਤਰੀ ਨੇ ਕਿੱਲ ਕਿੰਨਾ ਇੰਚੀ ਲਾਇਆ ਸੀ? ਕਈ ਵਾਰੀ ਕਿੱਲ ਦਾ ਨਹੀਂ ਲਿਖਿਆ, ਗਲੂ ਨਾਲ ਕੀਤਾ ਸੀ। ਅੱਜ ਕੱਲ ਬਾਬਾ ਟੈਕਨੀਕਲ ਦੁਨੀਆ ਚੀਜ਼ਾਂ ਆ ਗਈਆਂ ਹਨ। ਉਹ ਬਾਬਾ ਨੂੰ ਪਤਾ ਖਤਮ ਹੋ ਗਈ ਹੈ। ਅੱਜ ਕੱਲ ਮੈਂ ਜੇ ਪੁੱਛੋ ਨਾ ਤਾਂ ਮੈਂ ਆਗ ਆਗ ਸੇ ਨਾ ਸਮੁੰਦਰ ਮੇ ਆਗ ਲਗਾ ਸਕਤਾ ਹੂੰ। ਹਾਂ ਹਾਂ, ਆਗ ਸੇ ਸਮੁੰਦਰ ਸੇ ਸਮੁੰਦਰ ਸੇ ਆਗ ਲਗਾ ਸਕਤਾ ਹੂੰ। ਅਗਰ ਜਨਾਨੀ ਹੋਨੀ ਮੂਨ ਤੇ ਨਾ ਜਾਵੇ ਤਾਂ ਮੈਂ ਅਕੇਲਾ ਵੀ ਜਾ ਸਕਤਾ ਹੂੰ। ਵਾਹ ਵਾਹ, ਉਹ ਅੱਗੇ ਸੈਟਿੰਗ ਹੋਣੀ ਹੈ ਨਾ ਤੁਹਾਡੀ, ਕਿਉਂਕਿ ਤੁਸੀਂ ਹੋਨੀ ਮੂਨ ਤੇ ਵੀ ਥਾਈਲੈਂਡ ਜਾਣਾ। ਲਵ ਸਟੋਰੀ ਉੱਥੇ ਹੋਏਗੀ। ਵਾਹ ਸਰ, ਦਫਾ ਹੋ ਜਾ। ਹਾਂਜੀ।